ਇਈ ਵਰ ਪਤਲੇ ਬੰਦੇ ਦੇ ਮਾੜ ਜੀ ਡੋਲੇ ਦੇ ਗਟੂਲੇ ਜੀ ਬਣ ਜਾਂਦੇ ਨੂੰ ਹੌਸਲਾ ਹੋ ਜਾਂਦਾ ਕਿ ਮਸਲ ਗੇਨ ਹੁਣ ਲੱਗ ਗਿਆ ਵਧੀਆ ਜੂਰ ਮਾਰਦਾ ਕੋਈ ਭਾਰੀ ਬੰਦਾ ਮੋਟਾ ਬੰਦਾ 4-5 ਕਿਲੋ ਵਜ਼ਨ ਘਟਦਾ ਨੂੰ ਹੌਸਲਾ ਹੋ ਜਾਂਦਾ ਬੰਦਾ ਦੁੱਗਣੀ ਮਿਹਨਤ ਕਰਦਾ ਇਹ ਯੂਨੀਵਰਸ ਦਾ ਇਹ ਲਾ ਇੱਥੇ ਹਰ ਇੱਕ ਚੀਜ਼ ਚੱਲ ਰਹੀ ਆ ਚੰਦ ਧਰਤੀ ਦੇ ਆਲੇ-ਦੁਆਲੇ ਘੁੰਮਦਾ ਧਰਤੀ ਸੂਰਜ ਦੇ ਆਲੇ-ਦੁਆਲੇ ਘੁੰਮਦੀ ਆ ਸੂਰਜ ਯੂਨੀਵਰਸ ਦਾ ਗੇੜਾ ਲਾਉਂਦਾ ਸਾਰੀ ਚੀਜ਼ਾਂ ਚੱਲ ਰਹੀਆਂ ਨੇ ਚੱਲਦੇ ਰਹਿਣਾ ਹੀ ਜੀਵਨ ਆ ਮੈਂ ਕਈ ਕਲਾਇੰਟ ਨੂੰ ਪੁੱਛਦਾ ਉਹ ਕਹਿੰਦੇ ਨੇ ਬਾਈ 1 ਸਾਲ ਹੋ ਗਿਆ ਯਾਰ ਸੋਚ ਜੇ ਤੁਹਾਡੇ ਕੋਈ ਦਿਮਾਗ ਦੇ ਵਿੱਚ ਹੁਣ ਚੀਜ਼ ਚੱਲਦੀ ਆ ਤੁਸੀਂ ਸੋਚੋ ਪਿੱਛੇ ਜਾਓ ਦਿਮਾਗ 'ਚ ਕਿਉਂਕਿ ਇਦਾਂ ਦੀ ਚੀਜ਼ ਤੁਹਾਡੇ ਦਿਮਾਗ 'ਚ ਜ਼ਰੂਰ ਚੱਲਦੀ ਹੋ ਜਿਹੜੀ ਤੁਸੀਂ ਕਹਿੰਦੇ ਹੋਵੇਂਗੇ ਕਿ ਯਾਰ 4-5 ਸਾਲ ਦੇ ਸੋਚਦੇ ਕਿ ਇਦਾਂ ਕਰਨਾ ਪਰ ਹੋਈ ਨਹੀਂ ਕਿਉਂ ਨਹੀਂ ਹੋਈ ਕਿਉਂਕਿ ਤੁਸੀਂ ਸੋਚਦੇ ਹੋ ਪਰ ਤੁਸੀਂ ਐਕਸ਼ਨ ਨਹੀਂ ਲਿਆ ਤੁਰੀ ਤਾਂ ਕੀੜੀ ਮਾਂ ਨਹੀਂ ਹੈਗੀ ਉਹ ਵੀ ਕੁਛ ਨਾ ਕੋ ਚੱਕ ਕੇ ਲੈ ਕੇ ਆਉਂਦੀ ਆ ਜੇ ਨਿਕਲਾਂਗੇ ਨਾ ਤਾਂ ਕਿਸੇ ਪਾਸੇ ਤਾਂ ਜਾਵਾਂਗੇ ਖੜਨੋਂ ਤਾਂ ਬਧੀ ਹੈ ਕਿ ਕਿਸੇ ਪਾਸੇ ਨੂੰ ਤੁਰਿਏ ਹੌਲੀ ਪਹੁੰਚ ਜਾਾਂਗੇ ਜ਼ਰੂਰੀ ਨਹੀਂ ਪਹਿਲੇ ਦਿਨੇ 10 ਕਿਲੋਮੀਟਰ ਭੱਜਣਾ ਅੱਜ ਕਿਲੋਮੀਟਰ ਤੁਰਿਓ ਸਟੈਪ ਪਹਿਲਾਂ ਹੀ ਛੋਟਾ ਹੀ ਹੁੰਦਾ ਉਹੀ ਤੁਹਾਨੂੰ بڑے ਸਟੈਪਾਂ ਦਾ ਹੌਸਲਾ ਦਿੰਦਾ ਗਲਤ ਖਾਨੇ ਉਹ ਤਿੰਨ ਮੀਲਾਂ ਗਲਤ ਖਾਨੇ ਉਹ ਤਿੰਨਾਂ ਦੇ ਵਿੱਚੋਂ ਦੋ ਸਹੀ ਕਰ ਲਓ ਇੱਕ ਹਲੇ ਗਲਤ ਖਾ ਲਓ ਕੋਈ ਚੱਕਰ ਨਹੀਂ ਬਾਜ ਉਹ ਵੀ ਸਹੀ ਹੋ ਜਾਊਗੀ ਐਦਾਂ ਕਰਦੇ ਕਰਦੇ ਤੁਹਾਡੀ ਗੇਮ ਘੁੰਮ ਜਾਈਂ ਤੁਹਾਨੂੰ ਆਪ ਨੂੰ ਵੀ ਨਹੀਂ ਪਤਾ ਲੱਗਣਾ ਕਿ ਅਸੀਂ ਯਾਰ ਸਾਰੀਆਂ ਆਪਣੀ ਬਾਡੀ ਸਾਰੀਆਂ ਆਪਣੀ ਆਪ ਤੇ ਚੇਂਜ ਕਰ ਲਈਆਂ